ये नशा तो चल नशा तो होर चीज़ है, मोबाइल बंद कर दोगे कोई सरकार ये भी नशा है, दो मिनट नैट नहीं चलता जान निकलती हरेक जीता पता पा भी नैट पहले लोग फेम ज़्यादा खाते शराब घट पीते फेम फूम शौकिया तौर पर लोग खाते से जो तगड़े आदमी से आम आदमी फेम नहीं खाता हूँ ये जो चिट्टे का नशा है जो चिट्टे का नशा तो टीका ला लेंगे सवेर तो पता नहीं लगता उठना कि नहीं उठता जिवें समैक हो गई समझ लो समैक से वह बुरा हाल सी नशे इन्हों का एक बदल लेनी हूँ इन कोई ना कोई तो जो बंदा इन्ना नशे से लग चुका है जे आखन एक बार पंजाब क्लीन कर देंगे वह तो होना नहीं जी की नाम है बापू जी तुहाडा गुरदयाल सिंह किन्नी उम्र हो गई जी तुहाडी 96 साल 96 साल जिंदगी दे 10 दहाके हो गए ने जी हां जी है ना ते किवें महसूस करदे हो हुण भी 96 साल दी उम्र दे विच ठीक ठाक है अजे सारा कुछ मैं आउंदा तुरिया फिरदा खांदा पींदा जी खेत गेड़ा मारने जांदे होंगे हां जाईदा सवेरे जाईदा पहलो मैं बथेरी वाही बथेरी करदा रहया जी हुण फिर जदों मुंडे मुंडे करन लग पए फिर ठीक है जी की मानते हो इन्नी उम्र दे विच भी अपने आप नूं तंदुरुस्त ते फिट रखना किहड़े कारण है ये नशा नहीं पींदा मैं किसे तरह का भी जी ते खाण पीण का परहेज करदा रात नूं दो फुलके खांदा जी ते योगा करदा अच्छा हां सैर जांदा हुण भी हां योगा दो टाइम करदा सवेरे शाम सैर भी ਸਹਿਰ ਵੀ ਕਰਦਾ ਅੱਛਾ 5-6 ਕਿਲੋਮੀਟਰ ਸਾਈਕਲ ਚਲਾਉਣਾ ਡੇਲੀ ਚਲਾਉਣੇ ਹੋ ਹਾਂ ਡੇਲੀ ਸਵੇਰ ਸ਼ਾਮ ਜਾਂ ਨਹੀਂ ਸਵੇਰੇ 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 ਹਾਂ ਸਵੇਰੇ ਕਿੰਨੇ ਵਜੇ ਫਿਰ ਉੱਠ ਖੜਦੇ ਹੋ ਤੁਸੀਂ 4 ਵਜੇ ਉੱਠਦਾ ਮੈਂ ਸਵੇਰੇ ਅੱਛਾ ਜੀ ਹਾਂ 4 ਵਜੇ ਉੱਠ ਕੇ ਤੇ ਯੋਗਾ ਕਰਕੇ ਫਿਰ ਚਾਹ ਪੀ ਕੇ ਚਲੇ ਜਾਈਦਾ ਫਿਰ ਵਾਪਸ ਆਣ ਕੇ ਰੋਟੀ ਬਾਅਦ 'ਚ ਖਾਈ ਦੀ 9-10 ਵਜੇ ਪਹਿਲਾਂ ਵਾਲੀ ਖੁਰਾਕ ਦਾ ਕਹਿ ਸਕਦੇ ਹਾਂ ਇਹ ਸਰੀਰ ਨੂੰ ਫਿੱਟ ਰੱਖਣਾ ਅੱਜ ਵੀ ਇੰਨੀ ਉਮਰ ਦੇ ਵਿੱਚ ਖੁਰਾਕ ਦਾ ਕਾਰਨ ਵੀ ਮੰਨਿਆ ਜਾ ਸਕਦਾ ਜੀ ਇਹਨੂੰ ਪਾਕਿਸਤਾਨ ਦੇ ਵਿੱਚ ਤਾਂ ਘਿਓ ਬਥੇਰਾ ਖਾਂਦੇ ਰਹੇ ਇੱਧਰ ਆਣ ਕੇ ਨਹੀਂ ਘਿਓ ਫਿਰ ਡਾਕਟਰਾਂ ਨੇ ਰੋਕ ਦਿੱਤਾ ਵੀ ਘਿਓ ਮੈਨੂੰ ਥੋੜ੍ਹੀ ਜਿਹੀ ਤਕਲੀਫ ਸੀ ਫਿਰ ਉਹ ਛੱਡ ਦਿੱਤੀ ਹੁਣ ਮੈਂ ਬਿਲਕੁਲ ਠੀਕ ਹਾਂ ਠੀਕ ਹੈ ਜੀ ਅਤੇ ਪਾਕਿਸਤਾਨ ਦੇ ਵਿੱਚ ਫਿਰ ਖੁਰਾਕ ਸੀ ਜਿਹੜੀ ਮਤਲਬ ਜਿਵੇਂ ਤੁਸੀਂ ਘਿਓ ਦੀ ਗੱਲ ਕੀਤੀ ਆ ਹੋਰ ਉੱਧਰ ਕਿਹੜੀਆਂ ਜ਼ਿਆਦਾ ਫਸਲਾਂ ਕਿਹੜੀਆਂ ਹੁੰਦੀਆਂ ਸੀ ਫਿਰ ਫਸਲ ਉਹ ਕਣਕ ਨਰਮਾ ਝੋਨਾ ਘੱਟ ਲੋਕ ਬੀਜਦੇ ਬਾਸਮਤੀ ਖਾਣ ਖੁੰਡ ਜੋਗੀ ਬੀਜਦੇ ਬਾਗ ਬੂਗ ਹੈਗੇ ਲੋਕਾਂ ਦੇ ਠੀਕ ਹੈ ਜੀ ਹਾਂ ਪਾਕਿਸਤਾਨ 'ਚ ਪਾਕਿਸਤਾਨ 'ਚ ਠੀਕ ਹੈ ਜੀ ਅਤੇ ਇੱਧਰ ਆ ਕੇ ਫਿਰ ਮਤਲਬ ਉਵੇਂ ਹੀ ਜ਼ਿੰਦਗੀ ਨੂੰ ਰੱਖਿਆ ਫਿੱਟ ਸਰੀਰ ਹਾਂ ਇੱਥੇ ਬਾਗ ਮੈਂ ਲਾਇਆ ਸੀ ਮੇਰਾ ਬਾਗ ਬਾਗਬਾਨੀ ਵਾਲੇ ਵੇਖ ਕੇ ਇੱਥੋਂ ਮੈਨੂੰ ਮੇਰਾ ਸਮਾਨ ਲਿਆ ਕੇ ਦਿੱਤਾ ਸੀ ਉਹਨਾਂ ਨੇ ਇਨਾਮ ਲਿਆ ਕੇ ਦਿੱਤਾ ਅੱਛਾ ਜੀ ਹਾਂ ਇੱਥੇ ਵੀ ਬਾਗ ਲਾਇਆ ਸੀ ਹਾਂ ਇੱਥੇ ਬਾਗ 10 ਕਿੱਲੇ ਬਾਗ ਸੀ ਉਹਨਾਂ ਜ਼ਮਾਨਿਆਂ ਦੇ 'ਚ ਆਪਣੇ ਇਲਾਕੇ 'ਚ ਸਿਰੇ ਦਾ ਬਾਗ ਸਿਰੇ ਦਾ ਬਾਗ ਸੀ ਲੱਖ ਰੁਪਏ ਦਾ ਕਿਸੇ ਦਾ ਨਹੀਂ ਚੜਿਆ ਹਾਂ ਚੌਧਰੀ ਰਾਮਗੜ੍ਹ ਵਾਲੇ ਇਹਨਾਂ ਦੇ ਵੀ ਇਹ ਵੀ ਆਉਂਦੇ ਰਹੇ ਉਹ ਵੇਖ ਕੇ ਆਉਂਦੇ ਰਹੇ ਵੀ ਸਾਡਾ ਬਾਗ ਇਹੋ ਜਿਹਾ ਨਹੀਂ ਗਾ ਅੱਛਾ ਜੀ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਅਤੇ ਪਹਿਲੇ ਜ਼ਮਾਨੇ ਦੇ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਫਰਕ ਪਹਿਲੇ ਜ਼ਮਾਨੇ 'ਚ ਅਤੇ ਹੁਣ ਦੇ ਵਿੱਚ ਤਾਂ ਇਹ ਆ ਵੀ ਲੋਕਾਂ ਦੇ ਜਿਹੜੇ ਤਾਂ ਨਸ਼ੇ ਤੋਂ ਬਚੇ ਨੇ ਉਹ ਤਾਂ ਚੰਗੇ ਨੇ ਜਿਹੜੇ ਨਸ਼ਾ ਕਰਦੇ ਨੇ ਉਹ ਫਿਰ ਕੋਈ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਪਹਿਲਾਂ ਵੀ ਨਸ਼ੇ ਹੁੰਦੇ ਸੀ ਜੀ ਹਾਂਜੀ ਪਹਿਲਾਂ ਲੋਕ ਫੇਮ ਜ਼ਿਆਦਾ ਖਾਂਦੇ ਸ਼ਰਾਬ ਘੱਟ ਪੀਂਦੇ ਫੇਮ ਫੂਮ ਸ਼ੌਕੀਆ ਤੌਰ 'ਤੇ ਲੋਕ ਖਾਂਦੇ ਸੀ ਜਿਹੜੇ ਤਕੜੇ ਆਦਮੀ ਸੀ ਆਮ ਆਦਮੀ ਫੇਮ ਨਹੀਂ ਸੀ ਖਾਂਦਾ ਜੀ ਅਤੇ ਫੀਮ ਨੂੰ ਵੀ ਕਹਿੰਦੇ ਪਚਾਉਣ ਵਾਸਤੇ ਕੁਛ ਨਾ ਕੁਛ ਸਰੀਰ ਦੇ ਵਿੱਚ ਉਹ ਘਿਓ ਜ਼ਿਆਦਾ ਖਾਂਦੇ ਸੀ ਜਿਹੜਾ ਬੰਦਾ ਫੀਮ ਖਾਂਦਾ ਉਹ ਘਿਓ ਖਾਂਦਾ ਜ਼ਿਆਦਾ ਇਹ ਗੱਲ ਆ ਵੀ ਹੁਣ ਕਹਿੰਦੇ ਆ ਫੀਮ ਦੀ ਖੇਤੀ ਸ਼ੁਰੂ ਕਰ ਦਿਓ ਜੀ ਅਤੇ ਹੁਣ ਸਾਡੇ ਘਿਓ ਹੀ ਹੈ ਨੀਗਾ ਹੁਣ ਤਾਂ ਲੋਕ ਫਿਰ ਕਹਿ ਸਕਦੇ ਆ ਵੀ ਨਹੀਂ ਸੁੱਕੇ ਹੱਡ ਤਲਾਉਣ ਵਾਲੀ ਗੱਲ ਉਦੋਂ ਨਸ਼ੇ ਜਿਹੜੇ ਉਦੋਂ ਕਰਦੇ ਜੇ ਸਰਦਾਰ ਨੇ ਦੱਸਿਆ ਜਦੋਂ ਜਿਹੜੇ ਤਕੜੇ ਬੰਦੇ ਉਹ ਫੀਮ ਦੀ ਫੀਮ ਖਾਂਦੇ ਸੀ ਸ਼ੌਂਕ ਨਾਲ ਖਾਂਦੇ ਹੁਣ ਤਾਂ ਨਸ਼ਾ ਕਰਦੇ ਆ ਹੁਣ ਨਸ਼ਾ ਕਰਦੇ ਆ ਉਦੋਂ ਖਾਣਾ ਹੋਰ ਜਾ ਗਾਲੇ ਹੋਰ ਜਿਹੜੇ ਨਸ਼ੇ ਆ ਹੁਣ ਨਸ਼ੇ ਆ ਨਾ ਇਹ ਜਿਹੜੇ ਫੀਮ ਦੀ ਖੇਤੀ ਦਾ ਬਦਲ ਇੱਕ ਤਾਂ ਕਰ ਰਿਹਾ ਵੀ ਜਿਹੜਾ ਹੁਣ ਸਾਡੇ ਸਮਾਜ ਨੂੰ ਚਿੱਟੇ ਨੇ
ਸਮੈਕ ਨੇ ਹੋਰ ਜਿਹੜੀਆਂ ਗੰਦੇ ਨਸ਼ੇ ਮੈਡੀਕਲ ਨਸ਼ੇ ਉਹ ਉਹਨਾਂ ਨੂੰ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਉੱਧਰ ਤੁਰ ਪਈ ਆ ਉਹ ਨੌਜਵਾਨੀ ਸਾਡੀ ਉਹ 'ਚ ਨਿਗਰ ਰਹੀ ਆ ਉਹਦੇ ਕਾਰਨਾਂ ਕਰਕੇ ਜਿਹੜੀ ਆ ਇਹ ਫੀਮ ਦਾ ਇੱਕ ਬਦਲ ਤਾਂ ਦੇ ਰਿਹਾ ਵੀ ਲੋਕ ਜਿਹੜੇ ਆ ਫੀਮ ਜਿਹੜੀ ਖਾ ਕੇ ਫਿਰ ਵੀ ਕੰਮ ਤਾਂ ਕਰਨਗੇ ਲੋਕ ਜਦੋਂ ਫੀਮ ਖਾਂਦੇ ਹੁੰਦੇ ਸੀ ਲੋਕ ਕੰਮ ਕਰਦੇ ਹੁੰਦੇ ਸੀ ਆਪਦਾ ਅਤੇ ਹੁਣ ਇਹ ਜਿਹੜਾ ਚਿੱਟੇ ਦਾ ਨਸ਼ਾ ਹੈ ਜਾਂ ਜਿਹੜਾ ਚਿੱਟੇ ਦਾ ਨਸ਼ਾ ਤਾਂ ਟੀਕਾ ਲਾ ਲੈਂਦੇ ਸਵੇਰ ਤੋਂ ਪਤਾ ਨਹੀਂ ਲੱਗਦਾ ਉੱਠਣਾ ਕਿ ਨਹੀਂ ਉੱਠਦਾ ਜਿਵੇਂ ਸਮੈਕ ਹੋ ਗਈ ਸਮਝ ਲਓ ਸਮੈਕ ਸੀ ਉਹਦਾ ਬੁਰਾ ਹਾਲ ਸੀਗਾ ਮੈਡੀਕਲ ਨਸ਼ੇ ਹੁਣ ਗੋਲੀਆਂ ਖਾ ਲੈਂਦੇ ਆ ਮੁੰਡੇ ਵਿਚਾਰੇ ਕੰਮ ਕਰਦੇ ਜਿਹੜੇ ਲੇਬਰ ਵਾਲੇ ਆ ਮੈਡੀਕਲ ਦੀਆਂ ਗੋਲੀਆਂ ਖਾ ਕੇ ਮੂਹਦੇ ਮੂੰਹ ਡਿੱਗ ਪੈਂਦੇ ਆ ਨਸ਼ੇ ਇਹਨਾਂ ਦਾ ਇੱਕ ਬਦਲ ਲੈਣੀ ਹੁਣ ਇਹਨੂੰ ਕੋਈ ਨਾ ਕੋਈ ਤਾਂ ਜਿਹੜਾ ਬੰਦਾ ਇੰਨਾ ਨਸ਼ੇ 'ਤੇ ਲੱਗ ਚੁੱਕਾ ਹੈ ਜੇ ਆਖਣ ਇੱਕ ਵਾਰੀ ਪੰਜਾਬ ਨੂੰ ਇਹ ਕਲੀਨ ਕਰ ਦੇਣਗੇ ਉਹ ਤਾਂ ਹੋਣਾ ਨਹੀਂ ਜੀ ਹੁਣ ਜੇ ਮੰਨ ਲਓ ਭਾਵੇਂ ਮੈਡੀਕਲ ਦਵਾਈ ਦਿੰਦੇ ਆ ਡਾਕਟਰ ਵੀ ਦਵਾਈ ਦੇਣਗੇ ਫਿਰ ਹੀ ਉਹਨੂੰ ਨਸ਼ੇ ਦੀ ਦਵਾਈ ਦੇ ਕੇ ਐਫ ਕਰਦਾ ਨਾ ਆਹ ਚੀਜ਼ ਇਹਨਾਂ ਦਾ ਵਿੱਚ ਫਰਕ ਤਾਂ ਤੁਸੀਂ ਇਹ ਨਸ਼ਾ ਤਾਂ ਚੱਲ ਨਸ਼ਾ ਤਾਂ ਹੋਰ ਚੀਜ਼ ਆ ਮੋਬਾਈਲ ਬੰਦ ਕਰ ਦਿਓਗੇ ਕੋਈ ਸਰਕਾਰ ਇਹ ਵੀ ਨਸ਼ਾ ਹੈ ਦੋ ਮਿੰਟ ਨੈੱਟ ਨਹੀਂ ਚੱਲਦਾ ਜਾਂ ਨਿਕਲਦੀ ਹਰੇਕ ਦੀ ਦਵਾ ਦਾ ਭਾਵ ਨੈੱਟ ਰੋਟੀ ਭਾਵੇਂ ਭੁੱਖਾ ਮਰ ਜਾਓ ਧਿਆਨ ਰੋਟੀ 'ਚ ਨਹੀਂ ਨੈੱਟ ਨਹੀਂ ਮੇਰਾ ਪਾਇਆ ਜਵਾਕ ਆ ਨਾਨਕਿਆਂ 'ਤੇ ਨਹੀਂ ਜਾਂਦਾ ਉੱਥੇ ਰੇਂਜ ਨਹੀਂ ਆਉਂਦੀ ਉਹਨੂੰ ਮੈਂ ਖੁੱਡ 'ਚ ਵੜਨਾ ਪਿਆ ਰੇਂਜ 'ਤੇ ਬਹਿਣਾ ਉਹਨੇ ਉਹ ਪਾਸੇ ਨਹੀਂ ਪਿਆ ਨਾ ਜੀ ਜਿਹੜੀਆਂ ਚੀਜ਼ਾਂ ਜਿੰਨਾ ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਤੁਹਾਡੇ ਕੋਲ ਜਿਵੇਂ ਇੱਕ ਦੂਜੇ ਨਾਲ ਆਪਾਂ ਕਹਿ ਦਈਏ ਰਾਬਤਾ ਕਾਇਮ ਕਰਨ ਦੇ ਕਿਹੜੇ ਤਰੀਕੇ ਸੀ ਫਿਰ ਉਦੋਂ ਚਿੱਠੀਆਂ ਪੱਤਰੀਆਂ ਵੀ ਡਾਕਖਾਨੇ ਵੀ ਨਹੀਂ ਜਿਹੜਾ ਮੋਬਾਈਲ ਸੀ ਨਾ ਮੋਬਾਇਲ ਚੀਜ਼ ਤਾਂ ਚੰਗੀ ਇਹਦੇ ਵਿੱਚ ਜੇ ਤੁਸੀਂ ਇਹਨੂੰ ਨੈਗੇਟਿਵ ਪੋਜ਼ੀਟਿਵ ਦੋ ਚੀਜ਼ਾਂ ਜੀ ਹਰੇਕ ਚੀਜ਼ ਦੀਆਂ ਜੇ ਇਹਨੂੰ ਮੋਬਾਈਲ ਨੂੰ ਤੁਸੀਂ ਸਹੀ ਯੂਜ਼ ਕਰੋ ਇਹਦਾ ਫਾਇਦਾ ਹੈ ਇਹਦਾ ਤੁਸੀਂ ਬਿਜ਼ਨਸ ਕਰੋ ਕੋਈ ਕਾਰੋਬਾਰ ਕਰੋ ਪਰ ਜੇ ਤੁਸੀਂ ਇਹਨੂੰ ਗਲਤ ਯੂਜ਼ ਕਰੋਗੇ ਤਾਂ ਉਹਦੇ ਨੁਕਸਾਨ ਆ ਜਿਵੇਂ ਹੁਣ ਮੰਨ ਲਓ ਵੀ ਕਈ ਬੱਚੇ ਗਲਤ ਪਾਸੇ ਉਹ ਮੋਬਾਈਲ ਦੀਆਂ ਵੀਡੀਓ ਵਗੈਰਾ ਲੈ ਕੇ ਵੇਖ ਕੇ ਉਹ ਗਲਤ ਪਾਸੇ ਪੈ ਜਾਂਦੇ ਲੋਕਾਂ ਵਿੱਚ ਇਹਨਾਂ ਦੇ ਇਹਦੇ ਆਪਦੇ ਆਪ ਯੂਜ਼ ਕਰਨ 'ਤੇ ਹੁਣ ਬੱਚਾ ਇੱਕ ਬੱਚੇ ਤਾਂ ਹੀ ਰੱਖਦੇ ਨਾ ਮੋਬਾਈਲ ਦਾ ਜ਼ਿਆਦਾ ਉਹ ਖਿਡਾਉਣ ਵਹਿੰਦੇ ਗੇਮਾਂ ਵਹਿੰਦੇ ਆ ਸਰਕਾਰਾਂ ਨੇ ਉਹ ਚੀਜ਼ਾਂ ਤਾਂ ਵੇਖੀਆਂ ਨਹੀਂ ਵੀ ਇਹਨਾਂ ਦੇ ਨੈਗੇਟਿਵ ਜਿਹੜੇ ਪ੍ਰਭਾਵ ਪੈਂਦੇ ਉਹਨਾਂ ਨੂੰ ਕੰਟਰੋਲ ਨਹੀਂ ਕੀਤਾ ਜੀ